ਅੰਮ੍ਰਿਤਸਰ ਦੇ ਸ਼ਹਾੜਾ ਪੁਲਿਸ ਥਾਣੇ ਦੇ ਤਹਿਤ ਇੱਕ ਪੁਲਿਸ ਕਰਮਚਾਰੀ ਦੁਆਰਾ ਘੋਰ ਅਪਰਾਧ ਦਾ ਕੇਸ ਸਾਹਮਣੇ ਆਇਆ ਹੈ, ਜਿਸ ਵਿੱਚ ਪੰਜਾਬ ਪੁਲਿਸ ਵਿੱਚ ASI ਸਰਬਜੀਤ ਸਿੰਘ ਨੇ ਆਪਣੇ ਗੁਆਂਢੀ ਨਾਲ ਲੜਾਈ ਹੋਣ ਕਾਰਨ ਉਹਨਾਂ ਦੇ ਘਰ ਜਾ ਕੇ ਮਾਰ ਕੁਟਾਈ ਕੀਤੀ ਹੈ। ਅਮਰਦੀਪ ਸਿੰਘ ਰਿੰਕਲ ਇਹ ਸਰਬਜੀਤ ਸਿੰਘ ASI ਸ਼ਹਾੜੇ 'ਚ ਲੱਗਿਆ, ਇਹ ਮੇਰਾ ਗੁਆਂਢ ਰਹਿੰਦਾ ਜੀ ਗਲੀ 'ਚ, ਇਹ ਆ ਕੇ ਗੱਲ ਪਿਆ ਮੇਰੇ, ਮੈਂ ਤਾਂ ਮੇਰੇ ਮਿਸੀ ਜੀ ਬੈਠੇ ਸੀ ਅਤੇ ਉਹ ਰੰਗੋਲੀ ਬਣਾ ਰਹੇ ਸੀ, ਇਹ ਤਾਂ ਮਿਸੀ ਜੀ ਆ ਕੇ ਮੇਰੇ ਗੱਲ ਪਏ, ਗੱਲ ਕਰਨ ਤੋਂ ਬਾਅਦ ਇਹਨੇ ਆਪਣੇ ਬੇਟੇ ਦੋਨੇ ਸੱਦੇ, ਬੇਟੇ ਨੇ ਮੇਰੇ ਗੱਲ ਪਏ ਮੇਰੇ ਘਰੇ, ਪਹਿਲਾਂ ਮੈਂ ਗਲੀ 'ਚ ਉੱਠਦਾ, ਗਲੀ 'ਚੋਂ ਮੈਂ ਅੰਦਰ ਆ ਗਿਆ, ਡਰਦਾ ਮਾਰਾ ਕਿ ਮੇਰੇ ਗੱਲ ਪਏ ਲੜਾਈ ਨਾ ਹੋਵੇ, ਇਹ ਮੇਰੇ ਚਾਰੋਂ ਜਣੇ ਮੇਰੇ ਗੱਲ ਪਏ ਆ ਕੇ ਅੰਦਰ, ਜਿਹਦੀ ਸਾਡੇ ਕੋਲ ਰਿਕਾਰਡਿੰਗ ਹੈਗੀ ਆ, ਅਤੇ ਇਹ ਨਾਲੇ ਬਹਿਲ ਸਾਹਿਬ ਦਾ ਨਾਂ ਲੈ ਕੇ ਛਿਹਾੜਾ ਸਾਹਿਬ ਚਾਰ ਸਾਹਿਬ ਦਾ ਕਿ ਮੈਂ ਅੱਜ ਬਹਿਲ ਸਾਹਿਬ ਨਾਲ ਗੱਲ ਕਰਕੇ ਆਇਆ, ਅੱਜ ਤੈਨੂੰ ਛੱਡਣਾ, ਤੈਨੂੰ ਮਾਰ ਦੇਣਾ, ਅੱਜ ਤੈਨੂੰ ਜਾ ਨਹੀਂ ਦੇਣਾ, ਅਤੇ ਨਾਲ ਇਹਨੇ ਮੁੰਡਿਆਂ ਨੇ ਆਪਣੇ 15-20 ਫਰੈਂਡ ਮੁੰਡੇ ਸੱਦੇ, ਅਤੇ ਜੋ ਮੇਰੇ ਗਲੀ 'ਚ ਆ ਕੇ ਮੇਰੇ ਦਰਵਾਜ਼ੇ ਭੰਨੇ, ਮੈਂ ਅੰਦਰ ਇਹ ਅੰਦਰ ਸੀ, ਮੈਂ ਇਹਨਾਂ ਦਰਵਾਜ਼ਾ ਅੰਦਰ ਲੋਕ ਕਰ ਲਿਆ ਕਿ ਇਹ ਅੰਦਰ ਆਏ ਤਾਂ ਇਹਨਾਂ ਨੂੰ ਅਸੀਂ ਜਿਹੜੀ ਕਿ ਵੀਡੀਓ ਦੇ ਵਿੱਚ ਤੁਹਾਨੂੰ ਦਿਖ ਜੂਗੀ, ਅਤੇ ਨਾ ਇਹ ਅੰਦਰ ਫੜ ਕੇ ਭਾਇਆ, ਉਸ ਤੋਂ ਮਹੱਲਾ ਇਕੱਠਾ ਹੋ ਗਿਆ, ਇਹ ਮੁੰਡੇ ਜਿਹੜੇ ਕਿ 15-20 ਨੇ ਸੱਦੇ, ਸਾਨੂੰ ਇਹ ਜਾਨ ਮਾਰਨ ਦਾ ਧਮਕਿਆ ਦਿੰਦਾ ਅਤੇ ਸਾਨੂੰ ਨੁਕਸਾਨ ਆਪਣੀ ਜਾਨ ਦਾ, ਇਹ ਬਦਮਾਸ਼ੀ ਰੋਜ਼ ਹੀ ਕਰਦਾ ਜੀ, ਹਰ ਮਹੱਲੇ 'ਚ ਦੂਜੇ ਤੀਜੇ ਦਿਨ ਕਹੇ ਦਾਰੂ ਪੀ ਕੇ ਕਿਸੇ ਨਾਲ ਲੜ ਪੈਂਦਾ, ਕਹੇ ਕਿਸੇ ਨਾਲ ਲੜ ਪੈਂਦਾ, ਗਲੀ ਇਹ ਪੁਲਿਸ ਵਾਲਾ ਇਹ ਮੈਂ ਕਿ ਮੈਂ ASI ਹਾਂ, ਪਹਿਲਾਂ ਇਹ ਹੌਲਦਾਰ ਸੀ, ਹੁਣ ASI ਹੋ ਗਿਆ, ਉਸ ਤੋਂ ਬਾਅਦ ਕਹਿੰਦਾ ਕਿ ਮੈਂ ਹੁਣ ASI ਬਣ ਗਿਆ, ਮੈਂ ਥਾਣੇਦਾਰ ਬਣ ਗਿਆ ਅਤੇ ਮੇਰਾ ਰੋਹਬ ਹੈ, ਮੇਰੀ ਗੱਲ ਸਾਰੇ ਮੰਨਣ, ਪ੍ਰਸ਼ਾਸਨ ਤੋਂ ਇਹ ਮੰਗ ਕਰਦੇ, ਕਹਿੰਦੀ ਬੰਦ ਦੀ ਕਾਰਵਾਈ ਕੀਤੀ ਜਾਵੇ, ਮੇਰੇ ਘਰੇ ਆ ਗਏ ਪਏ, ਜੋ ਘਰ ਦਾ ਕਾਨੂੰਨ ਬਣਦਾ ਕਿ ਆ ਗਏ ਨੇ ਗੱਲ ਪਿਆ, ਉਹ ਤਾਂ ਸਾਡੇ ਕਾਰਵਾਈ ਕੀਤੀ ਜਾਵੇ, ਮੈਂ ਰਾਤ ਦੀ ਦਰਖਾਸਤ ਦਿੱਤੀ ਆ ਕਿ ਮੈਨੂੰ ਲੱਗਦਾ ਹਜੇ ਤੱਕ ਪੁਲਿਸ ਵਾਲਿਆਂ ਕੋਈ ਕਾਰਵਾਈ ਨਹੀਂ ਕੀਤੀ, ਕਿਉਂਕਿ ਪੁਲਿਸ ਵਾਲਾ ਹੋਣ ਕਰਕੇ ਉਹਨਾਂ ਦੀ ਪੱਖ ਲੈ ਰਹੇ ਨੇ, ਅਤੇ ਮੈਨੂੰ ਸਾਫ ਚਾਹੀਦਾ ਪੁਲਿਸ ਵਾਲਿਆਂ ਕੋਲੋਂ। ਇਹ ਸਰ ਮੈਂ ਨਾ 2000 ਤਕਰੀਬਨ ਅੱਜ 3 ਸਾਲ ਦੀ ਪਹਿਲਾਂ ਦੀ ਗੱਲ ਆ, ਮੈਂ ਇੱਥੇ ਥਾਣੇ ਸੈੱਟ 'ਚ ਲੱਗਾ ਸੀ, ਉਦੋਂ ਝਗੜਾ ਸੀਗਾ ਇੱਕ ਇਹਨਾਂ ਦਾ ਬਿੱਲੂ ਕਲੱਬ ਵਾਲੇ ਦਾ, ਉਦੋਂ ਇਹਨਾਂ ਦੀ ਗੋਲੀ ਚੱਲੀ ਸੀ, ਉਹਦੇ ਵਿੱਚ ਇਹਨਾਂ ਨੇ ਇੱਕ ਬੰਦਾ ਜ਼ਖਮੀ ਕੀਤਾ ਸੀਗਾ, ਜਿਹਦੇ ਵਿੱਚ ਕਈ ਹੋਰ ਜਿਹੜੇ ਬੰਦੇ ਸੀ ਉਹ ਇੱਕ ਜ਼ਖਮੀ, ਇੱਕ ਤਾਂ ਜ਼ਿਆਦਾ ਇੰਜਰਡ ਹੋਇਆ, ਉਹਦੇ ਅੱਖ ਦੇ ਵਿੱਚ ਲੱਗੀ ਸੀ ਗੋਲੀ, ਅਤੇ ਉਹ ਮਤਲਬ ਜ਼ਿਆਦਾ ਸੀਰੀਅਸ ਸੀ, ਅਤੇ ਇਹ ਬਾਕੀਆਂ ਦਾ ਲੋਕਾਂ ਦੇ ਸਿਰੇ ਸ਼ੁਰੇ ਵੀ ਲੱਗੇ ਸੀਗੇ, ਉਹਦੇ ਸੰਬੰਧ ਵਿੱਚ ਇਹਨਾਂ ਨੇ ਉਦੋਂ ਦੀ ਰੰਜਿਸ਼ ਰੱਖੀ ਹੈ ਕਿ ਤੂੰ ਸਾਡੀ ਹੈਲਪ ਨਹੀਂ ਕੀਤੀ, ਉਦੋਂ ਮੈਂ ਕਿ ਬਤੌਰ ਹੌਲਦਾਰ ਹਾਂ ਔਰ ਮੈਂ ਡਿਊਟੀ ਅਫਸਰ ਦੇ ਨਾਲ ਆਇਆ ਸੀ, ਇਹ ਕਹਿੰਦੇ ਕਿ ਤੂੰ ਜਿਹੜੀ ਉਹ ਗਵਾਹੀ ਆ ਉਹ ਤੂੰ ਗਲਤ ਦਿੱਤੀ ਆ, ਮੈਂ ਉਹ ਗਵਾਹੀ ਦਿੱਤੀ ਜੋ ਵੇਖਿਆ ਹੈ, ਉਸ ਤੋਂ ਬਾਅਦ ਮੈਂ ਹੋਰ ਕੋਈ ਗਵਾਹੀ ਦਿੱਤੀ, ਉਦੋਂ ਤੋਂ ਲੱਗ ਕੇ ਇਹ ਹੁਣ ਤੱਕ ਮੇਰੇ ਨਾਲ ਵੈਰ ਰੱਖਦੇ, ਰਾਤੀ ਜਿਹੜਾ ਕਾਂਡ ਹੋਇਆ ਰਾਤੀ ਮੈਂ ਇਹਨਾਂ ਨੇ ਉਸ ਤੋਂ ਬਾਅਦ 'ਚ ਨੈਕਸਟ ਕੀ ਕੀਤਾ ਇਹਨਾਂ ਨੇ ਮੇਰੀ ਬੇਟੀ ਆ ਰਾਜਵੀਰ ਕੌਰ, ਉਹ ਬੇਟੀ ਮੇਰੀ BSc IT ਪੋਸਟ ਗ੍ਰੈਜੂਏਸ਼ਨ ਕਰ ਚੁੱਕੀ ਆ, ਉਹ ਬੇਟੀ ਦੇ ਉੱਪਰ ਇਹਨਾਂ ਨੇ ਇੱਕ ਪਾਗਲ ਬੰਦਾ ਕਹਿ ਕੇ ਉਹਦੇ ਕੋਲ ਲਵ ਲੈਟਰ ਉੱਤੇ ਗੰਦਾ ਸਟਾਇਆ, ਦੂਸਰਾ ਕਈ ਵਾਰੀ ਬੱਚਿਆਂ ਨੂੰ ਕਈ ਵਾਰੀ ਸਾਡੇ ਵੱਲ ਵੇਖ ਕੇ ਮੁੱਛਾਂ ਨੂੰ ਤਾਰਦੇ ਨੇ, ਕਈ ਵਾਰੀ ਇਹਨਾਂ ਨੇ ਮੇਰੇ ਬੂਹੇ ਅੱਗੇ ਆਣ ਕੇ ਇਹਨਾਂ ਦੇ ਮੁੰਡਿਆਂ ਨੇ ਕਈ ਵਾਰੀ ਧੂ ਕੇ ਮੈਨੂੰ ਬਾਹਰ ਖੜਨ ਦੀ ਕੋਸ਼ਿਸ਼ ਕੀਤੀ, ਫਿਰ ਕਈ ਵਾਰੀ ਇਹਨਾਂ ਨੇ ਗਾਲਾਂ ਗਲੀ ਗਲੋ 'ਚ ਵੀ ਸਾਡੇ ਨਾਲ ਕੀਤੇ, ਰਾਤੀ ਇਹਨਾਂ ਨੇ ਜੋ ਰਾਤ ਦਾ ਵਾਕਿਆ ਹੋਇਆ, ਰਾਤ ਮੈਂ ਅਤੇ ਮੇਰੀ ਮੈਡਮ ਕਰੀਬ 6:30 ਵਜੇ ਦੇ ਅਸੀਂ ਦੀਵੇ ਜਾਗਾ ਕੇ ਵਾਪਸ ਆ ਰਹੇ ਸੀ, ਇਹ ਰਿੰਕਲ ਜਿਹੜਾ ਇਹਨੇ ਪਤਾ ਨਹੀਂ ਕੋਈ ਨਸ਼ਾ ਕੀਤਾ ਕਿ ਕੀ ਕੀਤਾ ਸੀ, ਇਹਨੇ ਭਾਅ ਜੀ ਸਿੱਧਾ ਜਾ ਕੇ ਅਤੇ ਉਹਦੇ ਮੋਢੇ ਨਾਲ ਮੋਢਾ ਮੇਰੇ ਘਰ ਦੀ ਵਾਈਫ ਨਾਲ ਮਾਰ ਲੱਗਾ, ਜਦੋਂ ਅਸੀਂ ਘਰ ਦੀ ਵਾਈਫ ਨੂੰ ਮੈਂ ਕਿਹਾ ਮੈਂ ਯਾਰ ਕੋਈ ਗੱਲ ਨਹੀਂ ਸ਼ਰਾਬ ਸ਼ਰੂ ਪੀਤੀ ਹੋਈ ਆ ਛੱਡੋ, ਅਤੇ ਇਹ ਅੱਗੇ ਅਸੀਂ ਆ ਗਏ ਹਾਂ, ਅੱਗੇ ਜਦੋਂ ਆਏ ਹਾਂ ਅੱਗੇ ਆ ਗਏ ਭਾਅ ਜੀ ਅਸੀਂ ਜਦੋਂ ਘਰ ਦੇ ਵਿੱਚ ਅਜੇ ਇੰਟਰ ਕਰਨ ਹੀ ਲੱਗੇ ਹਾਂ ਅਤੇ ਮੁੜ ਕੇ ਮੇਰੀ ਘਰ ਦੇ ਕਹਿੰਦੀ ਵੀ ਆਪਾਂ ਇਹਨੂੰ ਪੁੱਛੀਏ ਤਾਂ ਸਹੀ ਇਹਨੇ ਕਿਉਂ ਸਾਡੇ ਮੇਰੀ ਮੋਢੇ ਨਾਲ ਮੋਢਾ ਮਾਰਨ ਦੀ ਕੋਸ਼ਿਸ਼ ਕੀਤੀ, ਜਦੋਂ ਮੋਢੇ ਨਾਲ ਮੋਢਾ ਮਾਰਨ ਦੀ ਕੋਸ਼ਿਸ਼ ਵੱਲੋਂ ਪੁੱਛਿਆ ਤਾਂ ਇਹਨੇ ਚੱਕ ਕੇ 5-4 ਜਣੇ ਹੋਰ ਇਹਦਾ ਡੈਡੀ ਨਾਲ ਹੋਰ 5-7 ਜਣੇ ਇਹਨਾਂ ਨੇ ਧੂ ਕੇ ਸਾਨੂੰ ਆਪਣੇ ਘਰ ਲੈ ਗਏ, ਆਉਂਦੇ ਤੇਰੀ ਅਸੀਂ ਵੀਡੀਓ ਬਣਾ ਕੇ ਅਤੇ ਤੈਨੂੰ ਹੀ ਫਿਰ ਦੱਸਾਂਗੇ ਵੀ ਥਾਣੇਦਾਰੀ ਕੀ ਹੁੰਦੀ ਹੈ, ਤੇਰੀ ਵਰਦੀ ਅਸੀਂ ਇੱਦਾਂ ਲਵਾਵਾਂਗੇ, ਕਹਿੰਦੇ ਉੱਦਾਂ ਨਹੀਂ ਇੱਦਾਂ ਲਵਾਵਾਂਗੇ, ਹੁਣ ਧੂ ਕੇ ਇਹ ਮੈਨੂੰ 5-7 ਜਣੇ ਘਰ ਲੈ ਗਿਆ, ਮੁੜ ਕੇ ਮੂਵੀ ਬਣਾਉਣ ਡੇ ਪਏ, ਬਸ ਇਹੀ ਵਾਕਿਆ ਝਗੜਾ ਉਹਦਾ ਭਾਅ ਜੀ, ਉਹ ਤੁਹਾਨੂੰ ਕਾਰਨ ਦੱਸਦਾ ਕਿ ਜਦੋਂ ਇਹ ਗਲ ਪੈ ਗਏ ਆ, ਜਦੋਂ ਗਲ ਪੈ ਗਏ ਮੈਂ ਆਪਣਾ ਗਲਾ ਛਡਾ ਰਿਹਾ, ਤੂੰ ਮੈਂ ਜਦੋਂ ਗਲਾ ਛਡਾਉਣ ਦੀ ਕੋਸ਼ਿਸ਼ ਕੀਤੀ ਇਹ ਧੂ ਕੇ ਮੈਨੂੰ ਅੰਦਰ ਲੈ ਗਏ, ਇਹੀ ਗੱਲ ਹੋਈ ਆ, ਉੱਥੇ ਅੰਦਰ ਜਾ ਕੇ ਇਹ ਫਿਰ ਖਿੱਚਦੇ ਰਹੇ ਮੈਨੂੰ, ਮੈਂ ਆਪਣਾ ਆਪ ਛਡਾਉਂਦਾ ਹੀ ਰਿਹਾ, ਪ੍ਰਸ਼ਾਸਨ ਕੋਲ ਭਾਅ ਜੀ ਮੈਂ ਇਹੀ ਮੰਗ ਕਰਦਾ ਕਿ ਮੈਨੂੰ ਇਨਸਾਫ ਦਵਾਇਆ ਜਾਵੇ, ਮੇਰੇ ਬੱਚਿਆਂ ਨੂੰ ਖਤਰਾ ਇਹਨਾਂ ਤੋਂ, ਹੋ ਸਕਦਾ ਮੇਰੇ ਬੱਚੇ 'ਤੇ ਵੀ ਕੋਈ ਅਟੈਕ ਕਰਨ, ਚਾਹੇ ਮੇਰੇ 'ਤੇ ਕਰਨ, ਮੈਨੂੰ ਪ੍ਰਸ਼ਾਸਨ ਤੋਂ ਇਹੀ ਮੰਗ ਆ ਕਿ ਮੈਨੂੰ ਹੱਕ ਰੱਸੀ ਮੇਰੀ ਮਿਲੇ, ਕੋਈ ਇਹੋ ਜੀ ਭਾਅ ਜੀ ਗਲੀ ਦੇ ਵਿੱਚ ਪੁੱਛ ਲਓ, ਜੇ ਕਿਸੇ ਨੂੰ ਕੋਈ ਟੌਰ ਵਿਖਾਇਆ ਹੋਏ ਤਾਂ ਅੱਜ ਤੱਕ, ਜੇ ਟੌਰ ਵਿਖਾਇਆ ਹੋਏ ਤਾਂ ਮੈਂ ਭਾਅ ਜੀ ਇੱਥੇ ਅੱਜ ਤੱਕ ਅਨੇਕਾਂ ਲੋਕ ਵਾ ਉਹਨਾਂ ਨੂੰ ਅਨੇਕਾਂ ਨੂੰ ਡੀਲ ਕੀਤਾ, ਇੱਥੇ 3 ਸਾਲ ਇੱਥੇ ਰਿਹਾ, ਕਿਹਨੂੰ ਰੋਹ ਵਿਖਾਇਆ, ਕੋਈ ਇਹੋ ਜਿਹੀ ਗੱਲਬਾਤ SHO ਸਾਹਿਬ ਦਾ ਨਹੀਂ। ਹਾਂ ਉਦੋਂ ਮੈਂ ਕਿਹਾ ਜਦੋਂ ਇਹਨਾਂ ਨੇ ਮੇਰੀ ਘਰ ਨੂੰ ਮੋਢਾ ਮਾਰਿਆ, ਆ ਕੇ ਮੈਂ SHO ਸਾਹਿਬ ਨੂੰ ਫੋਨ ਕੀਤਾ, ਮੈਂ ਸਰ ਇੱਦਾਂ ਮੇਰੀ ਘਰ ਇਹਨਾਂ ਨੂੰ ਮੋਢਾ ਮਾਰਿਆ, ਉਹ ਕਹਿੰਦੇ ਚੱਲ ਕੋਈ ਨਹੀਂ ਅੱਜ ਵਰੇ ਵਰੇ ਦਾ ਦਿਨ ਆ, ਅਸੀਂ ਸਾਡੀ ਡਿਊਟੀ ਲੱਗੀ ਆ, ਆਪਾਂ ਬਾਅਦ ਸਵੇਰੇ ਗੱਲਬਾਤ ਕਰ ਲਵਾਂਗੇ।
ਇਹ ਉਸ ਤੋਂ ਬਾਅਦ ਘਰ ਨੇ ਜਾ ਕੇ ਜਦੋਂ ਪੁੱਛਣ ਦੀ ਕੋਸ਼ਿਸ਼ ਕੀਤੀ ਬੂਹੇ ਅੱਗੇ ਆਇਆ ਸੀਗਾ ਇਹਨਾਂ ਨੇ ਚੱਕ ਕੇ ਉਂਗਲ ਟੁੱਟੀ ਪਈ ਆ ਧਰਤੀ ਦੇ ਉਂਗਲਾਂ ਆਪਸ ਦੇ ਵਿੱਚ ਹੋਏ ਝਗੜੇ ਸੰਬੰਧੀ ਸਾਡੇ ਕੋਲ ਦਰਖਾਸਤ ਆਈ ਹੈ ਉਹਦੇ ਸੰਬੰਧ ਚ ਮੈਂ ਅੱਜ ਦੋਵੇਂ ਪਾਰਟੀਆਂ ਦਾ 4 ਵਜੇ ਦਾ ਟਾਈਮ ਰੱਖਿਆ ਹੈ ਤੇ ਉਹਦੇ ਜੋ ਸੱਚਾਈ ਸਾਹਮਣੇ ਆਏਗੀ ਵੈਰੀਫਿਕੇਸ਼ਨ ਦੇ ਬਾਅਦ ਉਹਦੇ ਮੁਤਾਬਿਕ ਕਰਾਂਗੇ।